ਕਰਨ ਸਿੰਘ ਦੀ ਜੋ ਅੰਤਿਮ ਸੰਸਕਾਰ ਆ ਉਹਨਾਂ ਦੇ ਜੱਦੀ ਪਿੰਡ ਕੀਤਾ ਜਾਊਗਾ। ਅਤੇ ਤੁਸੀਂ ਵੇਖ ਸਕਦੇ ਹੋ ਕਿ ਜੋ ਕਿਸਾਨ ਨੌਜਵਾਨ ਕਿਸਾਨ ਨੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਇੱਥੇ ਜੋ ਝੰਡੇ ਨਜ਼ਰ ਆ ਰਹੇ ਨੇ ਡੱਲੇਵਾਲ ਸਾਹਿਬ ਅੱਜ ਸ਼ੁਭਕਰਨ ਸਿੰਘ ਦੀ ਜੋ ਡੈੱਡ ਬੋਡੀ ਅੱਜ ਖਨੌਰੀ ਆਈ ਆ, ਕੀ ਬੋਲਣਾ ਚਾਹੁੰਦੇ? ਦੇਖੋ ਗੱਲ ਇਹ ਆ, ਹਜੇ ਤੱਕ ਸਹਿਮਤੀ ਸਿਰਫ ਇੰਨੀ ਹੈ ਕਿ ਅਸੀਂ FIR ਕਰਾਉਣੀ ਚਾਹੁੰਦੇ ਸੀ। FIR ਸਾਡੇ ਵਕੀਲਾਂ ਦੀ ਨਿਗਰਾਨੀ ਦੇ ਵਿੱਚ ਔਰ ਬਾਕਾਇਦਾ ਇੱਕ ਡਾਕਟਰਾਂ ਦਾ ਬੋਰਡ ਬੈਠ ਕੇ ਹੋਈ ਹੈ। ਪੋਸਟਮਾਰਟਮ ਜਿਹੜਾ ਹੋਇਆ ਉਹਦੇ ਵਿੱਚ ਬਾਕਾਇਦਾ ਵੀਡੀਓਗ੍ਰਾਫੀ ਹੋਈ ਹੈ। ਅਤੇ ਉਸ ਤੋਂ ਬਾਅਦ ਸਾਡਾ ਇੰਨਾ ਕੀ ਹੋਇਆ ਹਜੇ ਕਿ ਅਸੀਂ ਇਹਨਾਂ ਦਾ ਮਤਲਬ ਅੱਜ ਅੰਤਿਮ ਸੰਸਕਾਰ 3 ਵਜੇ ਇਹਨਾਂ ਦੇ ਪਿੰਡ ਵੱਲੋਂ ਵਿਖੇ ਕਰਾਂਗੇ। ਕੀ ਗੱਲਾਂ ਨੂੰ ਲੈ ਕੇ ਤੁਹਾਡੀ ਸਹਿਮਤੀ ਬਣੀ ਹੈ? ਯਾਰ ਮੈਂ ਕਹਿੰਦਾ ਸਹਿਮਤੀ ਸਿਰਫ ਮੈਂ ਪਹਿਲਾਂ ਹੀ ਬੋਲਤਾ ਹੈ, ਪਲੀਜ਼ ਆਪਣੇ ਕੋਲ ਸਮਾਂ ਇੰਨਾ ਨਹੀਂ ਹੈ ਕਿ ਇੱਕ ਬੰਦੇ ਨੂੰ ਆਪਾਂ ਗੱਲ ਕਰੀਏ ਕਿ ਸਾਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ। ਸੈਕਿੰਡ ਗੱਲ ਇਹ ਹੈ ਕਿ ਮੁਕੱਦਮਾ ਦਰਜ ਹੋ ਗਿਆ, ਵਕੀਲਾਂ ਦੀ ਨਿਗਰਾਨੀ ਦੇ ਵਿੱਚ FIR ਲੌਂਚ ਹੋ ਗਈ, ਸਾਡੇ ਵਕੀਲ ਦੀ ਨਿਗਰਾਨੀ ਦੇ ਵਿੱਚ ਔਰ ਕੈਮਰੇ ਦੀ ਨਿਗਰ ਦੇ ਥੱਲੇ ਪੋਸਟਮਾਰਟਮ ਹੋ ਗਿਆ। ਹਰਿਆਣਾ ਸਰਕਾਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤੇ ਜਾਣਗੇ, ਪਾਸਪੋਰਟ ਰੱਦ ਕੀਤੇ ਜਾਣਗੇ। ਇਹ ਸਰਕਾਰਾਂ ਦੀਆਂ ਗੱਲ ਹੁੰਦੀਆਂ ਨੇ, ਸਰਕਾਰਾਂ ਕਰਦੀਆਂ ਰਹਿੰਦੀਆਂ ਹੁੰਦੀਆਂ ਨੇ। ਇਹ ਸਰਕਾਰ ਦਾ ਕੰਮ ਹੈ, ਸਰਕਾਰ ਆਪਣਾ ਕਰ ਰਹੀ ਹੈ, ਅਸੀਂ ਆਪਣਾ ਕਰ ਰਹੇ ਹਾਂ। ਬ੍ਰਦਰ ਹਜੇ ਮਤਲਬ ਅਸੀਂ ਸੰਸਕਾਰ ਕਰਨਾ ਹੈ ਬਹੁਤ, ਅੱਜ ਸਾਰਾ ਪੰਜਾਬ ਨਹੀਂ ਪੂਰਾ ਦੇਸ਼ ਅੱਜ ਦਰਦ ਦੇ ਵਿੱਚ ਹੈ, ਦੁੱਖ ਦੇ ਵਿੱਚ ਹੈ, ਇਹਨਾਂ ਹਾਲਾਤਾਂ ਦੇ ਵਿੱਚ ਇਹ ਕੋਈ ਹੋਰ ਗੱਲ ਕਰਨੀ ਮੈਨੂੰ ਲੱਗਦਾ ਚੰਗੀ ਨਹੀਂ ਲੱਗਦੀ।